ਦੋਸਤੋ, ਅਗਰ ਤੁਸੀਂ ਆਨਲਾਈਨ ਫੀਲਡ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਿਹਤਰੀਨ ਸਾਬਤ ਹੋਏਗੀ। ਅੱਜ ਤੁਹਾਡੇ ਵਾਸਤੇ ਮੈਂ ਐਸਾ ਪਲੇਟਫਾਰਮ ਲੈ ਕੇ ਆਇਆ ਵਾਂ, ਐਸੀ ਵੈਬਸਾਈਟ ਲੈ ਕੇ ਆਇਆ ਵਾਂ ਜਿਹਦੇ ਉੱਤੇ ਤੁਸੀਂ ਆਪਣੀ ਮਰਜ਼ੀ ਦਾ ਕਰੀਅਰ ਬਣਾ ਸਕਦੇ ਹੋ। ਅਗਰ ਤੁਸੀਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਹੋ ਤੁਹਾਡੇ ਵਾਸਤੇ ਪਾਰਟ ਟਾਈਮ ਬਹੁਤ ਸਾਰੇ ਕੰਮ ਅਵੇਲੇਬਲ ਨੇ। ਅਗਰ ਤੁਸੀਂ ਆਨਲਾਈਨ ਟਾਈਪਿੰਗ ਜਾਬ ਕਰਨਾ ਚਾਹੁੰਦੇ ਹੋ ਤੁਹਾਡੇ ਵਾਸਤੇ ਬਹੁਤ ਸਾਰੇ ਆਨਲਾਈਨ ਟਾਈਪਿੰਗ ਦੇ ਜਾਬਸ ਅਵੇਲੇਬਲ ਨੇ। ਅਗਰ ਤੁਸੀਂ ਡਾਟਾ ਐਂਟਰੀ ਦਾ ਕੰਮ ਕਰਨਾ ਚਾਹੁੰਦੇ ਹੋ ਤੁਹਾਡੇ ਵਾਸਤੇ ਬਹੁਤ ਸਾਰਾ ਡਾਟਾ ਐਂਟਰੀ ਦਾ ਕੰਮ ਅਵੇਲੇਬਲ ਹੈ। ਇਸ ਤੋਂ ਇਲਾਵਾ ਬਹੁਤ ਸਾਰੀ ਹੋਰ ਵੀ ਆਨਲਾਈਨ ਜਾਬ ਇਸ ਵੈਬਸਾਈਟ 'ਤੇ ਅਵੇਲੇਬਲ ਨੇ। ਕਿਹੜੀ ਵੈਬਸਾਈਟ ਹੈ, ਉਹਦੇ ਉੱਤੇ ਕੰਮ ਕਿਸ ਤਰ੍ਹਾਂ ਕਰਨਾ ਹੈ, ਕੰਮ ਕਰਨ ਤੋਂ ਬਾਅਦ ਅਰਨਿੰਗ ਕਿੰਨੀ ਹੋਣੀ ਹੈ, ਕਿੰਨਾ ਕੰਮ ਕਰਨ ਦੀ ਕਿੰਨੀ ਅਰਨਿੰਗ ਮਿਲਣੀ ਹੈ, ਅਰਨਿੰਗ ਕਰਨ ਤੋਂ ਬਾਅਦ ਵਿਦਡਰਾ ਕਿਸ ਤਰ੍ਹਾਂ ਲੈਣਾ, ਸਭ ਕੁਝ ਮੁਕੰਮਲ ਡਿਟੇਲ ਦੇ ਨਾਲ ਜਾਣਦੇ ਹਾਂ ਇਸ ਵੀਡੀਓ ਵਿੱਚ। ਅਸਲਾਮ ਵਾਲੇਕੁਮ ਦੋਸਤੋ, ਮੈਂ ਅਬਦੁਲ ਰਹਿਮਾਨ ਲਿਆਕਤ, ਤੁਹਾਨੂੰ ਪੰਜਾਬੀ ਦੇ ਨੰਬਰ 1 ਟੈਕ ਚੈਨਲ ਡੀਜ਼ੋਂ ਤੇ ਖੁਸ਼ਾਮਦੀਦ ਆਹਨਾ ਵਾਂ। ਦੋਸਤੋ, ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਸਪੈਸ਼ਲ ਤੇ ਬਹੁਤ ਹੀ ਖਾਸ ਹੈ, ਕਿਉਂਕਿ ਅੱਜ ਤੁਹਾਡੇ ਵਾਸਤੇ ਮੈਂ ਐਸੀ ਵੈਬਸਾਈਟ ਲੈ ਕੇ ਆਇਆ ਵਾਂ ਜਿਹਦੇ ਉੱਤੇ ਤੁਸੀਂ ਇੱਕ ਪੇਜ ਟਾਈਪ ਕਰਕੇ $3 to $5 ਈਜ਼ੀਲੀ ਅਰਨ ਕਰ ਸਕਦੇ ਹੋ। ਇੱਕ ਪੇਜ ਟਾਈਪ ਕਰਨ ਤੇ ਕਿੰਨੀ ਕੁ ਦੇਰ ਲੱਗਦੀ ਹੈ, 1 ਘੰਟਾ ਵੀ ਕਰ ਲਓ ਤੁਹਾਨੂੰ 1 ਘੰਟਾ ਲੱਗੇਗਾ। 1 ਘੰਟੇ ਦੇ ਵੀ ਅਗਰ ਤੁਹਾਨੂੰ $3 to $5 ਮਿਲਣ ਤਾਂ ਮੇਰੇ ਖਿਆਲ ਨਾਲ ਬਹੁਤ ਹੀ ਅੱਛਾ ਰੇਟ ਹੈ, ਬਹੁਤ ਹੀ ਅੱਛੀ ਇਨਕਮ ਹੈ। ਇੱਥੇ ਤੁਹਾਨੂੰ ਮੈਂ ਚੈੱਕ ਕਰਵਾ ਦਿੰਦਾ ਵਾਂ ਕਿ 1 ਘੰਟੇ ਦਾ ਅਗਰ ਤੁਸੀਂ $3 ਕਮਾਉਂਦੇ ਹੋ, $3 ਦਾ ਰੇਟ ਕੀ ਹੈ ਅੱਜ ਕੱਲ੍ਹ? 3 USD to PKR। ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਕਿ $3 ਸਾਡੇ ਕੋਲ ₹675 ਬਣਦੇ ਨੇ 1 ਘੰਟੇ ਦੇ। ਅਗਰ ਤੁਸੀਂ 5 ਘੰਟੇ ਕੰਮ ਕਰਦੇ ਹੋ ਤਾਂ ਤੁਹਾਡੇ ਕੋਲ $15 ਬਣ ਜਾਣਗੇ, ਅਤੇ $15 ਕਿੰਨੇ ਰੁਪਏ ਬਣਨਗੇ 5 ਘੰਟਿਆਂ ਦੇ, ਇੱਥੇ ਲਿਖ ਕੇ ਉਹ ਵੀ ਦੇਖ ਲੈਂਦੇ ਹਾਂ। ਉਹ $15 ਤੁਹਾਡੇ ਕੋਲ ਆਲਮੋਸਟ ₹3,378 ਬਣ ਜਾਣਗੇ। ਅਤੇ ਦੋਸਤੋ, ਅਗਰ ਤੁਸੀਂ ਸਿਰਫ 5 ਘੰਟੇ ਡੇਲੀ ਦਾ ਕੰਮ ਕਰੋ, ਤੁਸੀਂ ₹3,378 ਇੱਕ ਦਿਨ ਦੇ ਕਮਾ ਲਵੋਗੇ। ਅਤੇ ਇਹੀ, ਅਗਰ ਅਸੀਂ ਪੂਰਾ ਮਹੀਨਾ ਕੰਮ ਕਰੀਏ ਤਾਂ ਮਹੀਨੇ ਵਿੱਚ ਅਸੀਂ ਆਲਮੋਸਟ 90,000 to 1,00,000 ਤੱਕ ਅਰਨ ਕਰ ਸਕਦੇ ਹਾਂ ਈਜ਼ੀਲੀ। ਇਸ ਵਾਸਤੇ ਇਹ ਵੀਡੀਓ ਬਿਲਕੁਲ ਸਕਿੱਪ ਨਹੀਂ ਕਰਨੀ, ਸਾਰੇ ਸਟੈਪ ਫੋਲੋ ਕਰਨੇ ਨੇ, ਧਿਆਨ ਦੇ ਨਾਲ ਵੀਡੀਓ ਦੇਖਣੀ ਹੈ ਤਾਂ ਕਿ ਤੁਸੀਂ ਈਜ਼ੀਲੀ ਇੱਕ ਹੈਂਡਸਮ ਅਰਨਿੰਗ ਜਨਰੇਟ ਕਰ ਸਕੋ, ਉਹ ਵੀ ਘਰ ਬੈਠ ਕੇ ਬਗੈਰ ਕਿਸੇ ਸਕਿੱਲ ਤੋਂ। ਟਾਈਪਿੰਗ ਕਰਨਾ ਕਿਹੜੀ ਸਕਿੱਲ ਹੈ? ਮੋਬਾਈਲ 'ਤੇ ਟਾਈਪਿੰਗ ਕਰਦੇ ਰਹਿੰਦੇ ਹੋ, ਚੈਟਿੰਗ ਕਰਦੇ ਹੋ, ਟਾਈਪਿੰਗ ਕਰਦੇ ਹੋ, ਇਸੇ ਤਰ੍ਹਾਂ ਦੇ ਕੰਮ ਤੁਸੀਂ ਕਰਨਾ ਹੈ। ਟਾਈਪਿੰਗ ਕਰਨੀ ਹੈ ਸਕੂਨ ਦੇ ਨਾਲ ਮੋਬਾਈਲ 'ਤੇ ਕਰਨੀ ਹੈ, ਅਤੇ ਉਸ ਤੋਂ ਬਾਅਦ ਅੱਛੀ ਖਾਸੀ ਅਰਨਿੰਗ ਜਨਰੇਟ ਕਰ ਲੈਣੀ ਹੈ। ਅਤੇ ਦੋਸਤੋ, ਅਸੀਂ ਚੱਲਦੇ ਹਾਂ ਆਪਣੀ ਵੈਬਸਾਈਟ 'ਤੇ, ਜਿਸ ਵੈਬਸਾਈਟ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਉਸ ਵੈਬਸਾਈਟ ਦਾ ਨਾਮ ਹੈ WORKZLY.IN। ਗੂਗਲ 'ਤੇ ਆ ਕੇ ਤੁਸੀਂ ਕੀ ਕਰ ਲੈਣਾ, ਸਰਚ ਕਰ ਲੈਣਾ WORKZLY.IN ਅਤੇ ਐਂਟਰ ਕਰ ਦੇਣਾ। ਇਹ ਵੈਬਸਾਈਟ ਸਾਡੇ ਸਾਹਮਣੇ ਓਪਨ ਹੋ ਕੇ ਆ ਜਾਏਗੀ। ਇੱਥੇ ਸਾਡੇ ਕੋਲ ਬਹੁਤ ਸਾਰੀ ਆਨਲਾਈਨ ਟਾਈਪਿੰਗ ਜਾਬਸ ਨੇ। ਇੱਥੇ ਤੁਸੀਂ ਆਪਣੀ ਸਪੀਡ ਵੀ ਚੈੱਕ ਕਰ ਸਕਦੇ ਹੋ ਇੱਕ ਟੈਸਟ ਦੇ ਜ਼ਰੀਏ ਕਿ ਤੁਹਾਡੀ ਟਾਈਪਿੰਗ ਸਪੀਡ ਕਿੰਨੀ ਹੈ। ਫਿਰ ਤੁਹਾਡੀ ਟਾਈਪਿੰਗ ਸਪੀਡ ਦੇ ਹਿਸਾਬ ਨਾਲ ਅੱਗੇ ਤੁਹਾਨੂੰ ਟਾਸਕ ਮਿਲਣਗੇ ਕਿ ਤੁਹਾਡੀ ਸਟਾਰਟਿੰਗ ਹੈ, ਇੰਟਰਮੀਡੀਏਟ ਹੈ ਜਾਂ ਪ੍ਰੋਫੈਸ਼ਨਲ ਸਪੀਡ। ਉਸ ਹਿਸਾਬ ਨਾਲ ਫਿਰ ਤੁਹਾਨੂੰ ਜ਼ਿਆਦਾ ਪੇਜ ਮਿਲਣਗੇ ਟਾਈਪਿੰਗ ਵਾਸਤੇ, ਜ਼ਿਆਦਾ ਅਰਨਿੰਗ ਹੋਵੇਗੀ। ਆਰ ਯੂ ਇੰਟਰਸਟਿਡ ਇਨ ਆਨਲਾਈਨ ਟਾਈਪਿੰਗ ਜਾਬ? ਯੈਸ, ਬਿਲਕੁਲ, ਅਸੀਂ ਜ਼ਰੂਰ ਇੰਟਰਸਟਿਡ ਹਾਂ, ਅਸੀਂ ਜ਼ਰੂਰ ਇਹ ਕੰਮ ਕਰਨਾ ਚਾਹੁੰਦੇ ਹਾਂ। ਵਰਕ ਫਰੋਮ ਵੇਅਰ ਐਵਰ ਯੂ ਆਰ, ਮਤਲਬ ਕਿ ਤੁਸੀਂ ਜਿੱਥੇ ਵੀ ਹੈ ਹੋ, ਜਿੱਥੋਂ ਮਰਜ਼ੀ ਤੁਸੀਂ ਕੰਮ ਕਰੋ। ਬਾਹਰੀ ਗੱਲ ਹੈ, ਮੋਬਾਈਲ 'ਤੇ ਕੰਮ ਕਰਨਾ, ਕਿਹੜਾ ਕਿਤੇ ਜਾ ਕੇ ਕੰਮ ਕਰਨਾ, ਲਿਮਿਟਲੈਸ ਕੰਮ ਹੈ, ਤੁਹਾਡੇ ਕੋਲ ਸਿਰਫ ਮੋਬਾਈਲ ਹੋਣਾ ਚਾਹੀਦਾ ਅਤੇ ਹੋਰ ਸਿਰਫ ਇੰਟਰਨੈਟ ਹੋਣਾ ਚਾਹੀਦਾ, ਹੋਰ ਤੁਹਾਨੂੰ ਕੰਮ ਕਰਨ ਵਾਸਤੇ ਕੋਈ ਚੀਜ਼ ਨਹੀਂ ਚਾਹੀਦੀ ਹੈ। ਉਸ ਤੋਂ ਬਾਅਦ ਫਲੈਕਸੀਬਲ ਟਾਈਮ ਟੂ ਵਰਕ ਹੈ, ਮਤਲਬ ਕਿ ਤੁਹਾਡੇ ਕੋਲ ਜਿਸ ਟਾਈਮ ਹੈ ਉਸ ਟਾਈਮ ਕੰਮ ਕਰੋ। ਜ਼ਰੂਰੀ ਨਹੀਂ ਹੈ ਕਿ ਜੇ ਟਾਈਮ ਫਿਕਸ ਹੈ 9 to 5 ਹੀ ਕੰਮ ਕਰਨਾ, ਉਸ ਤੋਂ ਇਲਾਵਾ ਤੁਸੀਂ ਕੰਮ ਨਹੀਂ ਕਰ ਸਕਦੇ, ਇਹ ਬੈਰੀਅਰ ਨਹੀਂ ਹੈ। ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿਸ ਟਾਈਮ ਚਾਹੋ ਕੰਮ ਕਰ ਸਕਦੇ ਹੋ। ਅਰਨ ਐਨ ਐਕਸਟਰਾ ਇਨਕਮ, ਅਗਰ ਤੁਸੀਂ ਕੋਈ ਕੰਮ ਕਰ ਰਹੇ ਹੋ, ਕੋਈ ਜੋਬ ਕਰ ਰਹੇ ਹੋ, ਤੁਸੀਂ ਉਹਨੂੰ ਨਾ ਛੱਡੋ, ਤੁਸੀਂ ਨਾਲ ਇਹਨੂੰ ਐਕਸਟਰਾ ਐਜ਼ ਆ ਪਾਰਟ ਟਾਈਮ ਜੋਬ ਸ਼ੁਰੂ ਕਰਕੇ ਐਕਸਟਰਾ ਅਰਨਿੰਗ ਕਰ ਸਕਦੇ ਹੋ। ਉਸ ਤੋਂ ਬਾਅਦ ਕੀ ਹੈ, ਬੀ ਯੂਅਰ ਬੋਸ ਐਟ ਵਰਕ, ਕਿ ਤੁਸੀਂ ਆਪਣੇ ਬੋਸ ਖੁਦ ਬਣੋ, ਆਪਣੇ ਆਪ ਨੂੰ ਖੁਦ ਡਿਕਟੇਸ਼ਨ ਦਿਓ, ਆਪਣੇ ਆਪ ਨੂੰ ਖੁਦ ਟਾਸਕ ਦਿਓ, ਫਿਰ ਖੁਦ ਉਹ ਟਾਸਕ ਮੁਕੰਮਲ ਕਰੋ, ਫਿਰ ਖੁਦ ਆਪਣੇ ਆਪ ਨੂੰ ਸਬਮਿਟ ਕਰਵਾਓ, ਤਾਂ ਖੁਦ ਆਪਣੀ ਅਰਨਿੰਗ ਵੇਖੋ ਅਤੇ ਮਜ਼ੇ ਕਰੋ ਅਤੇ ਇੰਜੋਏ ਕਰੋ। ਲੈਸ ਸਟ੍ਰੈਸ ਔਨ ਵਰਕ, ਉਸ ਤੋਂ ਬਾਅਦ ਕੀ ਹੈ ਕਿ ਤੁਹਾਨੂੰ ਕੰਮ ਵਿੱਚ ਕੋਈ ਸਟ੍ਰੈਸ ਨਹੀਂ ਹੋਵੇਗੀ, ਕੋਈ ਟੈਨਸ਼ਨ ਨਹੀਂ ਹੋਵੇਗੀ, ਫਰੀ ਮਾਹੌਲ ਹੈ, ਈਜ਼ੀ ਮਾਹੌਲ ਹੈ, ਆਪਣੀ ਮਰਜ਼ੀ ਦੇ ਨਾਲ ਈਜ਼ੀਲੀ ਕੰਮ ਕਰੋ ਜਿਸ ਟਾਈਮ ਤੁਸੀਂ ਕਰਨਾ ਚਾਹੁੰਦੇ ਹੋ। ਅਗਰ ਤੁਹਾਡਾ ਦਿਲ ਨਹੀਂ ਹੈ ਕੰਮ ਕਰਨ 'ਤੇ, ਫਿਰ ਕੰਮ ਨਾ ਕਰੋ, ਛੱਡ ਦਿਓ, ਕੋਈ ਬੰਦਾ ਤੁਹਾਨੂੰ ਪੁੱਛਣ ਵਾਲਾ ਨਹੀਂ ਹੈ, ਤੁਸੀਂ ਆਪਣੇ ਖੁਦ ਬੋਸ ਹੋ। ਇਸ ਤੋਂ ਇਲਾਵਾ ਦੋਸਤੋ, ਕਿਸੇ ਵੀ ਵੈਬਸਾਈਟ 'ਤੇ ਕੰਮ ਕਰਨ ਤੋਂ ਪਹਿਲਾਂ ਸਾਡੇ ਜ਼ਿਹਨ
ਜਿਹਨਾਂ ਵਿੱਚ ਕੁਝ ਸਵਾਲ ਹੁੰਦੇ ਨੇ, ਇੱਥੇ ਤੁਹਾਡੇ ਉਹਨਾਂ ਸਵਾਲਾਂ ਤੁਹਾਨੂੰ ਜਵਾਬ ਦਿੱਤੇ ਜਾਣਗੇ। ਫਾਰ ਐਗਜ਼ਾਮਪਲ, ਸਭ ਤੋਂ ਪਹਿਲਾ ਸਵਾਲ ਕੀ ਹੈ, ਵਟ ਇਜ਼ ਦਾ ਨੇਚਰ ਆਫ ਦਾ ਸਾਈਟ ਐਂਡ ਹਾਊ ਟੂ ਜੁਆਇਨ, ਕਿ ਇਹ ਵੈਬਸਾਈਟ ਕਿਸ ਤਰ੍ਹਾਂ ਦੀ ਹੈ ਅਤੇ ਇਹਨੂੰ ਕਿਸ ਤਰ੍ਹਾਂ ਜੁਆਇਨ ਕੀਤਾ ਜਾ ਸਕਦਾ ਹੈ। ਇੱਥੇ ਤੁਸੀਂ ਪੜ੍ਹ ਸਕਦੇ ਹੋ ਕਿ ਲਿਖਿਆ ਕਿ ਵਰਕਜ਼ਲੇ ਇਜ਼ ਐਨ ਆਨਲਾਈਨ ਪਾਰਟ ਟਾਈਮ ਜਾਬ। ਵਰਕਜ਼ਲੇ ਇੱਕ ਐਸਾ ਪਲੇਟਫਾਰਮ ਹੈ ਜਿਹੜਾ ਆਨਲਾਈਨ ਪਾਰਟ ਟਾਈਮ ਜਾਬ ਦਿੰਦਾ। ਪਾਰਟ ਟਾਈਮ ਜਾਬ ਵੀ ਹੈ, ਫੁੱਲ ਟਾਈਮ ਜਾਬ ਵੀ, ਜਿਸ ਟਾਈਮ ਤੁਹਾਡੇ ਕੋਲ ਟਾਈਮ ਹੋਵੇ ਉਸ ਟਾਈਮ ਤੁਸੀਂ ਇਹਦੇ 'ਤੇ ਆ ਕੇ ਕੰਮ ਕਰ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਕੁਐਸਚਨ ਸਾਡੇ ਜ਼ਿਹਨ ਵਿੱਚ ਇਹ ਹੋ ਸਕਦਾ ਕਿ ਵਟ ਇਜ਼ ਦਾ ਮਿਨੀਮਮ ਐਕੂਰੇਸੀ ਟੂ ਗੈਟ ਅ ਜਾਬ, ਕਿ ਅਕਸਰ ਅਸੀਂ ਜਦੋਂ ਟਾਈਪਿੰਗ ਕਰਨੇ ਸਾਡੇ ਕੋਲ ਗਲਤੀਆਂ ਹੋ ਜਾਂਦੀਆਂ ਨੇ ਅਤੇ ਕਿੰਨੀ ਐਕੂਰੇਸੀ ਹੋਣੀ ਚਾਹੀਦੀ ਸਾਡੀ ਤਾਂ ਕਿ ਅਸੀਂ ਇਹਦੇ ਉੱਤੇ ਜਾਬ ਹਾਸਲ ਕਰ ਸਕੀਏ। ਤਾਂ ਇੱਥੇ ਉਹਨਾਂ ਲਿਖਿਆ ਕਿ ਤੁਹਾਡੀ 90% ਐਕੂਰੇਸੀ ਹੋਣੀ ਚਾਹੀਦੀ ਹੈ, ਮਤਲਬ ਕਿ 10 ਲਫ਼ਜ਼ ਲਿਖੋ ਉਹਨਾਂ ਵਿੱਚ ਇੱਕ ਗਲਤ ਹੋ ਜਾਵੇ ਤਾਂ ਹੈ ਰਹੀ ਹੈ, ਇਸ ਤੋਂ ਜ਼ਿਆਦਾ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ। ਮਤਲਬ ਕਿ ਅਗਰ ਤੁਸੀਂ 10 ਵਰਡ ਲਿਖ ਦਿਓ ਤਾਂ ਇੱਕ ਵਰਡ ਵਿੱਚੋਂ ਗਲਤ ਹੋ ਜਾਵੇ, ਸਪੈਲਿੰਗ ਦੀ ਕੋਈ ਮਿਸਟੇਕ ਹੋ ਜਾਵੇ ਤਾਂ ਹੈਰ ਇਹ ਕੰਮ ਚੱਲ ਜਾਏਗਾ, ਇਸ ਤੋਂ ਜ਼ਿਆਦਾ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ, ਤੁਹਾਡੇ ਕੋਲ 90% ਐਕੂਰੇਸੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਕੀ, ਡੂ ਆਈ ਨੀਡ ਟੂ ਪੇ, ਕਿ ਇਸ ਵੈਬਸਾਈਟ 'ਤੇ ਕੰਮ ਕਰਨ ਤੋਂ ਪਹਿਲਾਂ ਕੀ ਮੈਨੂੰ ਫੀਸ ਦੇਣੀ ਪਵੇਗੀ, ਕੋਈ ਰਜਿਸਟ੍ਰੇਸ਼ਨ ਫੀਸ ਜਾਂ ਜਾਬ 'ਤੇ ਅਪਲਾਈ ਕਰਨ ਵਾਸਤੇ ਫੀਸ। ਅਤੇ ਇੱਥੇ ਉਹ ਕੀ ਕਹਿ ਰਹੇ ਨੇ ਕਿ ਬਿਲਕੁਲ ਫ੍ਰੀ ਪਲੇਟਫਾਰਮ ਹੈ, ਇੱਥੇ ਤੁਹਾਨੂੰ ਕੰਮ ਕਰਨ ਵਾਸਤੇ ਕੋਈ ਵੀ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈ, ਬਿਲਕੁਲ ਫ੍ਰੀ ਹੈ, ਵਿਦਆਊਟ ਐਨੀ ਰਜਿਸਟ੍ਰੇਸ਼ਨ ਫੀ ਤੁਸੀਂ ਕੰਮ ਕਰ ਸਕਦੇ ਹੋ, ਕੰਮ 'ਤੇ ਅਪਲਾਈ ਕਰ ਸਕਦੇ ਹੋ, ਕੰਮ ਕਰ ਸਕਦੇ ਹੋ ਅਤੇ ਖੁਦ ਅਰਨਿੰਗ ਕਰ ਸਕਦੇ ਹੋ ਬਗੈਰ ਇੱਕ ਵੀ ਰੁਪਈਆ ਇਨਵੈਸਟ ਕਰਨ ਤੋਂ। ਉਸ ਤੋਂ ਬਾਅਦ ਅਗਰ ਅਸੀਂ ਟਾਈਪਿੰਗ ਦਾ ਕੰਮ ਕਰਨਾ ਚਾਹ ਰਹੇ ਤਾਂ ਸਾਡੇ ਜ਼ਿਹਨ ਵਿੱਚ ਇਹ ਵੀ ਸਵਾਲ ਆ ਸਕਦਾ ਹੈ ਕਿ ਸਾਡੀ ਟਾਈਪਿੰਗ ਸਪੀਡ ਕਿੰਨੀ ਹੋਣੀ ਚਾਹੀਦੀ ਹੈ। ਇੱਥੋਂ ਕੀ ਕਹਿੰਦੇ ਕਿ ਟਾਈਪਿੰਗ ਜਾਬਸ ਯੂਜੁਅਲੀ ਰਿਕੁਆਇਰਸ ਫਾਸਟ ਟਾਈਪਿੰਗ ਸਕਿੱਲਸ, ਕਿ ਜਿੰਨੀਆਂ ਵੀ ਟਾਈਪਿੰਗ ਜਾਬਸ ਨੇ ਉਹ ਇਸ ਰਿਕੁਆਇਰ ਕਰਦੀਆਂ ਨੇ ਕਿ ਤੁਹਾਡੀ ਜਿਹੜੀ ਟਾਈਪਿੰਗ ਸਪੀਡ ਹੈ ਉਹ ਅੱਛੀ ਹੋਣੀ ਚਾਹੀਦੀ ਹੈ। ਲੇਕਿਨ ਇਸ ਵੈਬਸਾਈਟ 'ਤੇ ਐਸੀ ਕੋਈ ਰਿਕੁਆਇਰਮੈਂਟ ਨਹੀਂ ਹੈ, ਤੁਸੀਂ ਸਿਰਫ ਐਕੂਰੇਸੀ ਵੱਲ ਧਿਆਨ ਕਰਨਾ ਹੈ ਕਿ ਤੁਹਾਡੀ ਐਕੂਰੇਸੀ 90% ਹੋਣੀ ਚਾਹੀਦੀ ਹੈ ਜਾਂ ਉਸ ਤੋਂ ਪਲੱਸ ਹੋਣੀ ਚਾਹੀਦੀ ਹੈ। ਟਾਈਪਿੰਗ ਸਪੀਡ ਦੀ ਕੋਈ ਲਿਮਿਟ ਨਹੀਂ ਹੈ, ਤੁਸੀਂ ਬਿਲਕੁਲ ਇੱਕ ਘੰਟੇ ਵਿੱਚ ਕੰਮ ਕਰੋ, ਇੱਕ ਪੇਜ ਨੂੰ ਇੱਕ ਘੰਟੇ ਵਿੱਚ ਲਿਖੋ ਜਾਂ 2 ਘੰਟੇ ਵਿੱਚ ਲਿਖੋ, ਆਰਾਮ ਦੇ ਨਾਲ ਲਿਖੋ, ਕੋਈ ਇਸ਼ੂ ਨਹੀਂ ਹੈ, ਕੋਈ ਟਾਈਪਿੰਗ ਸਪੀਡ ਦੀ ਜ਼ਰੂਰਤ ਨਹੀਂ ਹੈ। ਨੈਕਸਟ ਕੁਐਸਚਨ ਕੀ ਸਾਡੇ ਕੋਲ ਕਿ ਇਜ਼ ਇਟ ਨੈਸੈਸਰੀ ਫਾਰ ਮੀ ਟੂ ਗੈਟ ਅ ਪ੍ਰੈਕਟਿਸ ਟੈਸਟ ਬਿਫੋਰ ਸਟਾਰਟਿੰਗ ਅ ਨਿਊ ਜਾਬ, ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿ ਮੈਨੂੰ ਟੈਸਟ ਪ੍ਰੈਕਟਿਸ ਟੈਸਟ ਕਰਨਾ ਜ਼ਰੂਰੀ ਹੈ? ਜੀ, ਪ੍ਰੈਕਟਿਸ ਟੈਸਟ ਲਾਜ਼ਮੀ ਹੈ, ਪ੍ਰੈਕਟਿਸ ਟੈਸਟ ਦੀ ਆਪਸ਼ਨ ਅਵੇਲੇਬਲ ਹੈ, ਉਹਦੇ ਉੱਤੇ ਕਲਿੱਕ ਕਰਕੇ ਇੱਕ ਟੈਸਟ ਆਨਲਾਈਨ ਅਪਲਾਈ ਕਰਨਾ ਵੀ ਤੁਹਾਡੇ ਸਾਹਮਣੇ ਮੈਂ ਇੱਥੇ ਕਰਾਂਗਾ। ਉਸ ਤੋਂ ਬਾਅਦ ਜਿੰਨੀ ਸਾਡੀ ਸਪੀਡ ਆਵੇਗੀ ਉਸ ਸਪੀਡ ਦੇ ਹਿਸਾਬ ਨਾਲ ਸਾਡਾ ਇੱਥੇ ਟਾਈਪਿੰਗ ਦਾ ਰੇਟ ਤੈਅ ਹੋਵੇਗਾ ਕਿ ਸਾਨੂੰ ਟਾਈਪਿੰਗ ਦੇ ਕਿੰਨੇ ਪੈਸੇ ਮਿਲਣਗੇ, ਕਿੰਨੇ ਡਾਲਰ ਮਿਲਣਗੇ, ਕਿੰਨੀ ਅਰਨਿੰਗ ਹੋਵੇਗੀ ਸਾਡੀ ਪਰ ਪੇਜ, ਉਹ ਸਾਡੀ ਟਾਈਪਿੰਗ ਸਪੀਡ 'ਤੇ ਮੁਨਹਸਰ ਕਰਦੀ ਹੈ। ਜਿੰਨੀ ਵੀ ਸਪੀਡ ਹੋਵੇਗੀ ਉਹਦੇ ਹਿਸਾਬ ਨਾਲ ਸਾਡਾ ਰੇਟ ਫਿਕਸ ਹੋ ਜਾਏਗਾ। ਉਸ ਤੋਂ ਬਾਅਦ ਕੀ ਹੈ, ਵੈਨ ਵਿਲ ਆਈ ਬੀ ਏਬਲ ਟੂ ਰਿਸੀਵ ਮਾਈ ਪੇਮੈਂਟਸ, ਕਿ ਥ੍ਰੈਸ਼ ਹੋਲਡ ਕਿੰਨਾ ਹੈ, ਕਿੰਨੀ ਅਰਨਿੰਗ ਤੋਂ ਬਾਅਦ ਮੈਂ ਵਿਦਡਰਾ ਲੈ ਸਕਦਾ ਵਾਂ। ਵਾਂਸ ਯੂ ਹੈਵ ਰੀਚ ਦਾ ਮਿਨੀਮਮ ਅਮਾਊਂਟ ਆਫ 3000 ਇੰਡੀਅਨ ਰੁਪੀਜ਼, ਕਿ ਜਦੋਂ ਇੱਕ ਵਾਰੀ ਤੁਸੀਂ 3000 ਰੁਪਏ ਤੱਕ ਪਹੁੰਚ ਜਾਵੋਗੇ ਤੁਹਾਡੇ ਅਕਾਊਂਟ ਵਿੱਚ 3000 ਰੁਪਏ ਹੋ ਜਾਣਗੇ ਇੰਡੀਅਨ ਰੁਪੀਜ਼। ਯੂ ਕੈਨ ਵਿਦਡਰਾ ਮਨੀ ਡਾਇਰੈਕਟਲੀ ਟੂ ਯੂਅਰ ਬੈਂਕ ਅਕਾਊਂਟ, ਅਤੇ ਫਿਰ ਤੁਸੀਂ ਆਪਣੀ ਜਿਹੜੀ ਮਨੀ ਹੈ, ਆਪਣਾ ਵਿਦਡਰਾ ਹੈ, ਉਹ ਡਾਇਰੈਕਟਲੀ ਤੁਸੀਂ ਆਪਣੇ ਬੈਂਕ ਅਕਾਊਂਟ ਵਿੱਚ ਰਿਸੀਵ ਕਰ ਸਕਦੇ ਹੋ। ਅਤੇ ਦੋਸਤੋ, ਗੱਲਾਂ ਕਾਫੀ ਹੋ ਗਈਆਂ, ਸਾਰੇ ਕੁਐਸਚਨ ਕਲੀਅਰ ਹੋ ਗਏ। ਹੁਣ ਅਸੀਂ ਕੀ ਕਰਨਾ, ਫੌਰੀ ਤੌਰ 'ਤੇ ਇਸ ਵੈਬਸਾਈਟ ਨੂੰ ਜੁਆਇਨ ਕਰਨੇ ਆ, ਆਪਣਾ ਅਕਾਊਂਟ ਬਣਾਉਣਾ, ਅਤੇ ਉਹਦੇ ਪਹਿਲਾਂ ਟੈਸਟ ਕਲੀਅਰ ਕਰਨੇ ਆ। ਟੈਸਟ ਤੋਂ ਬਾਅਦ ਫਿਰ ਸਾਡੀ ਸਪੀਡ ਦਾ ਸਾਨੂੰ ਪਤਾ ਚੱਲ ਜਾਏਗਾ, ਸਪੀਡ ਤੋਂ ਬਾਅਦ ਅਸੀਂ ਕੀ ਕਰਾਂਗੇ, ਕੰਮ ਕਰਨਾ ਇਹਦੇ 'ਤੇ ਸਟਾਰਟ ਕਰ ਦਿਆਂਗੇ। ਅਤੇ ਫੌਰੀ ਤੌਰ 'ਤੇ ਅਸੀਂ ਕੀ ਕਰਨੇ ਆ, ਹੁਣ ਜੁਆਇਨ ਨਾਓ 'ਤੇ ਕਲਿੱਕ ਕਰਨੇ ਆ। ਜੁਆਇਨ ਨਾਓ 'ਤੇ ਕਲਿੱਕ ਕਰਨ ਵਾਸਤੇ ਸਾਨੂੰ ਕੀ ਕਰਨਾ ਪੈਣਾ, ਇੱਥੇ ਆਪਣਾ ਨੇਮ ਲਿਖਣਾ ਪੈਣਾ, ਨੇਮ ਕੀ ਸਾਡਾ ਜੀ ਅਬਦੁਲ ਰਹਿਮਾਨ ਲਿਆਕਤ। ਉਸ ਤੋਂ ਬਾਅਦ ਸਾਡੀ ਈਮੇਲ ਕੀ ਹੈ, digizoneofficial@gmail.com, ਅਤੇ ਪਾਸਵਰਡ ਤੁਸੀਂ ਕੋਈ ਵੀ ਆਪਣੀ ਮਰਜ਼ੀ ਦਾ ਲਗਾ ਸਕਦੇ ਹੋ, ਜਾਂ ਜਿਹੜਾ ਗੂਗਲ ਤੁਹਾਨੂੰ ਸਟਰੋਂਗ ਪਾਸਵਰਡ ਸੁਜੈਸਟ ਕਰ ਰਿਹਾ ਤੁਸੀਂ ਉਹ ਵੀ ਲਗਾ ਸਕਦੇ ਹੋ। ਲੇਕਿਨ ਮੈਂ ਇੱਥੇ ਆਪਣੀ ਮਰਜ਼ੀ ਦਾ ਲਗਾਉਂਦਾ ਵਾਂ, ਕਿਉਂਕਿ ਅਗਰ ਬਾਅਦ ਵਿੱਚ ਟਾਈਪ ਕਰਨਾ ਪੈ ਜਾਵੇ ਤਾਂ ਫਿਰ ਉਹ ਸਾਨੂੰ ਯਾਦ ਨਹੀਂ ਹੁੰਦਾ, ਫਿਰ ਮਸਲਾ ਬਣ ਜਾਂਦਾ, ਫਿਰ ਸਾਨੂੰ ਪਾਸਵਰਡ ਰੀਸੈਟ ਕਰਨਾ ਪੈ ਜਾਂਦਾ। ਇੱਥੇ ਕੀ ਕਰਨੇ, ਸਾਈਨ ਵਿਦ ਈਮੇਲ। ਲਓ ਜੀ, ਸਾਈਨ ਅਪ ਹੋ ਗਿਆ, ਇੱਥੇ ਪਾਸਵਰਡ ਨੂੰ ਸੇਵ ਕਰ ਲਵੋ। ਅਤੇ ਇੱਥੇ ਕੀ ਕਹਿ ਰਹੇ ਨੇ, ਪਹਿਲਾਂ ਕੀ ਕਹਿੰਦੇ, ਯੂ ਨੀਡ ਟੂ ਐਕਟੀਵੇਟ ਯੂਰ ਅਕਾਊਂਟ, ਆਪਣੇ ਅਕਾਊਂਟ ਨੂੰ ਪਹਿਲਾਂ ਐਕਟੀਵੇਟ ਕਰੋ। ਇੱਥੇ ਆ ਗਿਆ ਜੀ, ਅਸੀਂ ਆਪਣੇ ਈਮੇਲ ਵਿੱਚ ਜੀਮੇਲ ਨੂੰ ਓਪਨ ਕਰ ਲਿਆ, ਇਹ ਸਾਡੀ ਜੀਮੇਲ ਓਪਨ ਹੋ ਗਈ। ਇੱਥੇ ਦੇਖਣੇ ਸਾਨੂੰ ਮੇਲ ਆਈ ਹੋਵੇਗੀ,
ਜਾਂ ਲਿੰਕ ਆਇਆ ਹੋਵੇਗਾ ਵਰਕਸ ਲਈ ਐਪ ਇਦੋਂ ਓਪਨ ਕੀਤਾ, ਵੈਰੀਫਾਈ ਈਮੇਲ ਐਡਰੈਸ 'ਤੇ ਕਲਿੱਕ ਕੀਤਾ ਅਤੇ ਸਾਡਾ ਈਮੇਲ ਐਡਰੈਸ ਵੈਰੀਫਾਈ ਹੋ ਗਿਆ। ਇੰਨਾ ਕੁ ਕੰਮ ਸੀ, ਸਾਡਾ ਅਕਾਊਂਟ ਬਣ ਵੀ ਗਿਆ, ਅਕਾਊਂਟ ਬਣਨ ਤੋਂ ਬਾਅਦ ਸਾਡਾ ਅਕਾਊਂਟ ਐਕਟੀਵੇਟ ਵੀ ਹੋ ਗਿਆ। ਅਤੇ ਦੋਸਤੋ ਇਹ ਸਾਡੇ ਕੋਲ 3 ਲੈਵਲ ਨੇ, ਬਿਗਨਰ, ਇੰਟਰਮੀਡੀਏਟ, ਐਡਵਾਂਸਡ। ਇੱਥੇ ਅਸੀਂ ਕੀ ਕਰਨਾ, ਟੇਕ ਕੁਆਲੀਫਿਕੇਸ਼ਨ ਟੈਸਟ 'ਤੇ ਕਲਿੱਕ ਕਰਨਾ, ਉਸ ਤੋਂ ਬਾਅਦ ਉਹ ਟੈਸਟ ਓਪਨ ਹੋਵੇਗਾ, ਟੈਸਟ ਨੂੰ ਮੁਕੰਮਲ ਕਰਨਾ, ਉਸ ਤੋਂ ਬਾਅਦ ਸਾਨੂੰ ਪਤਾ ਚੱਲੇਗਾ ਸਾਡੀ ਸਪੀਡ ਕਿੰਨੀ ਹੈ, ਉਸ ਹਿਸਾਬ ਨਾਲ ਫਿਰ ਸਾਡੀ ਅਗੂ ਅਰਨਿੰਗ ਸਟਾਰਟ ਹੋਵੇਗੀ ਜਾਂ ਸਾਡਾ ਰੇਟ ਫਿਕਸ ਹੋਵੇਗਾ ਕਿ ਸਾਨੂੰ ਪਰ ਪੇਜ ਕਿੰਨੇ ਰੁਪਏ ਮਿਲਣਗੇ, ਕਿੰਨੇ ਡਾਲਰ ਮਿਲਣਗੇ। ਟੈਸਟ ਸਟਾਰਟ ਕਰਨ ਵਾਸਤੇ ਟੇਕ ਕੁਆਲੀਫਿਕੇਸ਼ਨ ਟੈਸਟ 'ਤੇ ਕਲਿੱਕ ਕਰ ਲੈਂਦੇ ਹਾਂ ਅਸੀਂ ਅਤੇ ਸਾਡੇ ਸਾਹਮਣੇ ਟੈਸਟ ਓਪਨ ਹੋ ਜਾਏਗਾ। ਅਤੇ ਦੋਸਤੋ ਇਹ ਸਾਡੇ ਸਾਹਮਣੇ ਟੈਸਟ ਓਪਨ ਹੋ ਕੇ ਆ ਗਿਆ, ਉੱਤੇ ਜੋ ਕੁਝ ਲਿਖੇ ਆ ਇਹਨੂੰ ਅਸੀਂ ਕੀ ਕਰਨਾ ਥੱਲੇ ਟਾਈਪ ਕਰ ਦੇਣਾ ਸਿੰਪਲੀ। ਮੇਰੀ ਸਪੀਡ ਇੰਨੀ ਨਹੀਂ ਹੈ ਲੇਕਿਨ ਫਿਰ ਤੁਹਾਨੂੰ ਮੈਂ ਇੱਥੇ ਟਾਈਪ ਕਰਕੇ ਦਿਖਾਉਂਦਾ ਉਹਨਾਂ ਕੀ ਲਿਖਿਆ ਕਿ ਉਹਨੇ ਕੀ ਕਿਹਾ ਸੀ, ਧਿਆਨ ਸਾਲ ਰੱਖਣਾ ਐਕੂਰੇਸੀ ਵੱਲ। ਸਪੀਡ ਇੰਨੀ ਮੈਟਰ ਨਹੀਂ ਕਰਦੀ, ਐਕੂਰੇਸੀ ਹੋਣੀ ਚਾਹੀਦੀ ਤੁਹਾਡੀ, ਇਸ ਵਾਸਤੇ ਐਕੂਰੇਸੀ ਹੋਣੀ ਚਾਹੀਦੀ ਹੈ, ਸਪੀਡ ਦਾ ਇੰਨਾ ਇਸ਼ੂ ਨਹੀਂ ਹੈ। ਅਸੀਂ ਸਟਾਰਟ ਕਰਨੇ ਹਾਂ ਅਤੇ ਦੋਸਤੋ ਇਸ ਤਰ੍ਹਾਂ ਤੁਸੀਂ ਇੱਥੇ ਵੇਖਦਿਆਂ ਜਾਣਾ ਅਤੇ ਉਹਨੂੰ ਲਿਖਦਿਆਂ ਜਾਣਾ, ਕਿਉਂਕਿ ਅਗਰ ਮੈਂ ਇੱਥੇ ਲਿਖਾਂਗਾ ਟੈਸਟ ਕਾ ਵੀਡੀਓ ਸਾਡੀ ਕਾਫੀ ਲੈਂਥੀ ਹੋ ਜਾਏਗੀ। ਸਿੰਪਲੀ ਇੱਥੇ ਅਸਾਂ ਟੈਸਟ ਲਿਖਦਿਆਂ ਜਾਣਾ, ਸਾਡੀ ਇੱਥੇ ਸਪੀਡ ਫਿਕਸ ਹੋ ਜਾਏਗੀ ਕਿ ਕਿੰਨੀ ਸਪੀਡ ਸਾਡੀ ਵਰਡ ਪਰ ਮਿਨਟ ਕਿੰਨੀ ਆ ਰਹੀ ਹੈ, ਨਾਲ ਟਾਈਮ ਚੱਲ ਰਿਹਾ ਹੋਵੇਗਾ, ਉਸ ਹਿਸਾਬ ਨਾਲ ਸਾਡੀ ਸਪੀਡ ਹੋ ਜਾਏਗੀ। ਉਸ ਤੋਂ ਬਾਅਦ ਅਸਾਂ ਕੀ ਕਰਨਾ, ਇਹਨੂੰ ਸੇਵ ਕਰ ਦੇਣਾ। ਫਿਰ ਅੱਗੇ ਆ ਜਾਏਗਾ ਟੂ ਅਪਲਾਈ ਫਾਰ ਦਾ ਜਾਬ, ਯੂਜ਼ਰ ਮਸਟ ਅਪੀਅਰ ਫਾਰ ਦਾ ਕੁਆਲੀਫਿਕੇਸ਼ਨ ਟੈਸਟ, ਕਿ ਇਸ ਜਿਹੜੀ ਜਾਬ 'ਤੇ ਅਸੀਂ ਕਲਿੱਕ ਕਰਕੇ ਆਏ ਹਾਂ ਜਾਬ ਉੱਤੇ ਅਪਲਾਈ ਕਰਨ ਵਾਸਤੇ ਤੁਹਾਨੂੰ ਟੈਸਟ ਨੂੰ ਮੁਕੰਮਲ ਕਰਨਾ ਪਵੇਗਾ, ਤੁਹਾਨੂੰ ਟੈਸਟ ਜ਼ਰੂਰ ਦੇਣਾ ਪਵੇਗਾ। ਦਾ ਆਨਲਾਈਨ ਟਾਈਪਿੰਗ ਟੈਸਟ ਇਜ਼ ਅ ਟੂਲ ਟੂ ਅਸੈਸ ਦਾ ਇੰਟਰਸਟਿਡ ਯੂਜ਼ਰ ਟਾਈਪਿੰਗ ਸਕਿੱਲਸ, ਵਿੱਚ ਇਨਕਲੂਡ ਟਾਈਪਿੰਗ ਸਪੀਡ, ਐਕੂਰੇਸੀ ਐਂਡ ਐਰਰ ਫਰੀ ਕੰਟੈਂਟ। ਇਹ ਜਿਹੜਾ ਜ਼ਰੂਰੀ ਹੈ, ਇਹਦੇ ਨਾਲ ਅਸੀਂ ਮੇਜਰ ਕਰਨੇ ਹਾਂ ਕਿ ਤੁਹਾਡੀ ਸਪੀਡ ਕਿੰਨੀ ਹੈ, ਤੁਹਾਡੀ ਐਕੂਰੇਸੀ ਕਿੰਨੀ ਹੈ ਅਤੇ ਫਿਰ ਤੁਸੀਂ ਕਿੰਨੇ ਐਰਰ ਕਰਦੇ ਹੋ, ਕਿੰਨੀਆਂ ਗਲਤੀਆਂ ਕਰਦੇ ਹੋ। ਅਤੇ ਦੋਸਤੋ ਸਿੰਪਲੀ ਇੱਥੇ ਆ ਤੁਸੀਂ ਟੈਸਟ ਕਲੀਅਰ ਕਰਨਾ, ਟੈਸਟ ਕਲੀਅਰ ਕਰਨ ਤੋਂ ਬਾਅਦ ਉਸ ਜਾਬ 'ਤੇ ਤੁਹਾਡਾ ਕੰਮ ਸਟਾਰਟ ਹੋ ਜਾਏਗਾ। ਉੱਥੇ ਤੁਸੀਂ ਪੇਜ ਟਾਈਪ ਕਰੋਗੇ, ਤੁਹਾਨੂੰ ਪਰ ਪੇਜ $3-5 ਮਿਲਣਗੇ, $3-5 ਇੰਡੀਅਨ ਰੁਪੀਜ਼ ਮਿਲਣਗੇ। ਅਰਨਿੰਗ ਤੋਂ ਬਾਅਦ ਜਦੋਂ ਤੁਹਾਡੇ ਕੋਲ ਅਰਨਿੰਗ 3,000 ਹੋ ਜਾਏਗੀ, ਤੁਸੀਂ ਡਾਇਰੈਕਟ ਆਪਣੇ ਬੈਂਕ ਵਿੱਚ ਵਿਦਡਰਾ ਲੈ ਸਕਦੇ ਹੋ। ਦੋਸਤੋ ਇਸ ਤੋਂ ਇਲਾਵਾ ਅਗਰ ਤੁਸੀਂ ਇੱਥੇ ਨੀਚੇ ਕੈਟਾਗਰੀਜ਼ ਵਿੱਚ ਆਵੇ ਤਾਂ ਸਾਡੇ ਕੋਲ ਹੋਰ ਵੀ ਅਰਨਿੰਗ ਦਾ ਬਹੁਤ ਸਾਰੀ ਕੈਟਾਗਰੀਜ਼ ਨੇ ਜਿਹੜੀ ਇਸ ਵੈਬਸਾਈਟ ਅਵੇਲੇਬਲ ਨੇ, ਇਸ ਪਲੇਟਫਾਰਮ 'ਤੇ ਅਵੇਲੇਬਲ ਨੇ। ਉਹ ਕੀ ਨੇ, ਰਿਜ਼ਿਊਮ ਰਾਈਟਿੰਗ ਵੀ ਹੈ, ਕੰਟੈਂਟ ਰਾਈਟਿੰਗ ਵੀ, ਆਨਲਾਈਨ ਸਰਵੇ ਵੀ ਹੈ ਅਤੇ ਆਨਲਾਈਨ ਟਾਈਪਿੰਗ ਵੀ ਹੈ। 4-5 ਤਰ੍ਹਾਂ ਦੇ ਤਰੀਕੇ ਨੇ ਜਿਹਨਾਂ ਜ਼ਰੀਏ ਅਸੀਂ ਇੱਥੋਂ ਅਰਨਿੰਗ ਕਰ ਸਕਦੇ ਹਾਂ। ਰਿਜ਼ਿਊਮੇ ਰਾਈਟਿੰਗ 'ਤੇ ਕਲਿੱਕ ਕਰਕੇ ਅਸੀਂ ਰਿਜ਼ਿਊਮੇ ਰਾਈਟਿੰਗ ਕਰਕੇ ਅਰਨਿੰਗ ਕਰ ਸਕਦੇ ਹਾਂ। ਕੰਟੈਂਟ ਰਾਈਟਿੰਗ 'ਤੇ ਕਲਿੱਕ ਕਰਕੇ ਅਸੀਂ ਕੰਟੈਂਟ ਲਿਖ ਕੇ, ਅਗਰ ਤੁਸੀਂ ਕੰਟੈਂਟ ਰਾਈਟਰ ਹੋ ਕੰਟੈਂਟ ਲਿਖ ਸਕਦੇ ਹੋ, ਤੁਸੀਂ ਕੰਟੈਂਟ ਰਾਈਟਿੰਗ 'ਤੇ ਕਲਿੱਕ ਕਰਕੇ ਕੰਟੈਂਟ ਲਿਖ ਕੇ ਵੀ ਅਰਨਿੰਗ ਕਰ ਸਕਦੇ ਹੋ। ਉਸ ਤੋਂ ਬਾਅਦ ਸਾਡੇ ਕੋਲ ਕੈਟਾਗਰੀ ਆਨਲਾਈਨ ਸਰਵੇ ਦੀ, ਆਨਲਾਈਨ ਸਰਵੇ ਮੁਕੰਮਲ ਕਰਕੇ ਵੀ ਅਸੀਂ ਇੱਥੋਂ ਅੱਛੀ ਅਰਨਿੰਗ ਜਨਰੇਟ ਕਰ ਸਕਦੇ, ਇੱਕ ਹੈਂਡਸਮ ਅਮਾਊਂਟ ਅਰਨ ਕਰ ਸਕਦੇ ਹਾਂ। ਉਸ ਤੋਂ ਬਾਅਦ ਆਨਲਾਈਨ ਟਾਈਪਿੰਗ ਹੈ, ਜਿਹੜਾ ਅਸੀਂ ਆਲਰੇਡੀ ਕਰ ਰਹੇ ਸਾਂ ਕਿ ਤੁਸੀਂ ਆਨਲਾਈਨ ਟਾਈਪਿੰਗ ਕਰਕੇ ਵੀ ਇੱਥੋਂ ਅੱਛੀ ਖਾਸੀ ਅਰਨਿੰਗ ਜਨਰੇਟ ਕਰ ਸਕਦੇ ਹੋ। ਅਤੇ ਦੋਸਤੋ ਇਹ ਸੀ ਸਾਡਾ ਅੱਜ ਦਾ ਪਲੇਟਫਾਰਮ, ਸਾਡੀ ਅੱਜ ਦੀ ਵੈਬਸਾਈਟ ਜਿਹਦੇ ਉੱਤੇ ਅਸੀਂ ਸਿੰਪਲੀ ਟਾਈਪਿੰਗ ਕਰਕੇ ਅਰਨ ਕਰਨ ਦਾ ਤਰੀਕਾ ਸਿੱਖਿਆ। ਮੈਂ ਉਮੀਦ ਕਰਨਾ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਦੋਸਤੋ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਤਾਂ ਮਜ਼ੀਦ ਇਸ ਤਰ੍ਹਾਂ ਦੇ ਇਨਫੋਰਮੇਟਿਵ ਅਤੇ ਇੰਟਰਸਟਿੰਗ ਵੀਡੀਓਜ਼ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਤੁਹਾਡੇ ਨਾਲ ਮੁਲਾਕਾਤ ਹੋਏਗੀ ਮੇਰੀ ਹੁਣ ਅਗਲੀ ਵੀਡੀਓ ਵਿੱਚ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ, ਆਪਣਾ ਅਤੇ ਆਪਣੇ ਘਰ ਵਾਲਿਆਂ ਦਾ ਬਹੁਤ ਸਾਰਾ ਖਿਆਲ ਰੱਖਿਆ ਜੇ। ਅਗਲੀ ਵੀਡੀਓ ਤੱਕ ਰੱਬ ਰਾਖਾ।